ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੇਲੇ ਸਭ ਤੋਂ ਵੱਧ ਚਰਚਾ ਜਿਹੜੇ ਮੁੱਦੇ ਤੇ ਹੋ ਰਹੀ ਹੈ ਉਹ ਮੁੱਦਾ ਕਿਸਾਨਾਂ ਨਾਲ ਜੁੜਿਆ ਹੋਇਆ ਜੂਨ 2020 ਦੇ ਵਿੱਚ ਜਦੋਂ ਕੇਂਦਰ ਦੀ ਸਰਕਾਰ ਨੇ 3 ਆਰਡੀਨੈਂਸ ਕਿਸਾਨਾਂ ਨਾਲ ਸੰਬੰਧਿਤ ਰਾਸ਼ਟਰਪਤੀ ਜੀ ਦੇ ਦਸਤਖਤ ਕਰਾ ਕੇ ਦੇਸ਼ ਦੇ ਵਿੱਚ ਲਾਗੂ ਕੀਤੇ ਤਾਂ ਉਸ ਵੇਲੇ ਜਾਂ ਉਸ ਤੋਂ ਪਹਿਲਾਂ ਸਾਰੇ ਰਾਜਾਂ ਦੀਆਂ ਸਰਕਾਰਾਂ ਦੇ ਨਾਲ ਕੇਂਦਰ ਦੀ ਸਰਕਾਰ ਨੇ ਵਿਚਾਰ ਵਟਾਂਦਰਾ ਕੀਤਾ ਸੀ। ਉਸ ਵਿਚਾਰ ਵਟਾਂਦਰੇ ਦੇ ਵਿੱਚ ਉਹ ਗੱਲਾਂ ਜਿਹੜੀਆਂ ਅੱਜ ਕਿਸਾਨਾਂ ਵੱਲੋਂ ਸਾਹਮਣੇ ਆ ਰਹੀਆਂ ਨੇ ਕਿ ਜਿਨ੍ਹਾਂ ਗੱਲਾਂ ਦੇ ਉੱਤੇ ਕਿਸਾਨਾਂ ਨੂੰ ਸ਼ੰਕੇ ਹੈ ਜਾਂ ਕਿਸਾਨਾਂ ਨੂੰ ਇਹ ਲੱਗਦਾ ਹੈ ਕਿ ਕੇਂਦਰ ਦੀ ਸਰਕਾਰ ਕਿਸਾਨਾਂ ਨੂੰ ਵੱਡੇ ਪੂੰਜੀਪਤੀਆਂ ਕੋਲ ਵੇਚਣ ਜਾ ਰਹੀ ਹੈ ਤਾਂ ਉਹ ਉਸ ਵੇਲੇ ਰਾਜ ਸਰਕਾਰਾਂ ਦੇ ਨੁਮਾਇੰਦੇ ਜਿਹੜੇ ਉਸ ਵਿਚਾਰ ਵਟਾਂਦਰੇ 'ਚ ਸ਼ਾਮਿਲ ਹੋਏ ਉਹਨਾਂ ਨੇ ਇਸ ਗੱਲ ਦੇ ਉੱਤੇ ਕੋਈ ਕਿੰਤੂ ਨਹੀਂ ਕੀਤੀ ਜਿਹੜੀ ਕਿ ਕਰਨੀ ਬਣਦੀ ਸੀ। ਉਸ ਤੋਂ ਬਾਅਦ ਜਦੋਂ ਹੁਣ ਲੋਕ ਸਭਾ ਦੇ ਵਿੱਚ ਕਿਸਾਨਾਂ ਦੇ ਨਾਲ ਸੰਬੰਧਿਤ 3 ਬਿੱਲ ਪੇਸ਼ ਕੀਤੇ ਗਏ ਉਦੋਂ ਵੀ ਜਿਹੜਾ ਵਿਰੋਧੀ ਪਾਰਟੀਆਂ ਵੱਲੋਂ ਕੀਤਾ ਜਾਣਾ ਚਾਹੀਦਾ ਸੀ ਉਸ ਪੱਧਰ ਦਾ ਵਿਰੋਧ ਦੇਸ਼ ਪੱਧਰ 'ਤੇ ਕਿਤੇ ਵੀ ਉਹਨਾਂ ਧਿਰਾਂ ਵੱਲੋਂ ਸੰਗਠਿਤ ਤਰੀਕੇ ਨਾਲ ਸਾਹਮਣੇ ਨਹੀਂ ਲਿਆਂਦਾ ਗਿਆ ਵੀ ਜਿਹਦੇ ਨਾਲ ਕੇਂਦਰ ਦੀ ਸਰਕਾਰ ਇਸ ਗੱਲ 'ਤੇ ਵਿਚਾਰ ਕਰਨ ਲਈ ਮਜਬੂਰ ਹੁੰਦੀ ਨਹੀਂ ਕੀਤਾ ਗਿਆ। ਉਸ ਤੋਂ ਬਾਅਦ ਲੱਗਦਾ ਸੀ ਕਿ ਰਾਜ ਸਭਾ ਦੇ ਵਿੱਚ ਜਿੱਥੇ ਭਾਰਤੀ ਜਨਤਾ ਪਾਰਟੀ ਕੋਲ ਪੂਰਨ ਬਹੁਮਤ ਨਹੀਂ ਹੈਗਾ ਲੋਕ ਸਭਾ ਦੇ ਵਿੱਚ ਉਹਨਾਂ ਕੋਲ ਪੂਰਨ ਬਹੁਮਤ ਸੀ ਇਸ ਕਰਕੇ ਵਿਰੋਧੀ ਧਿਰਾਂ ਨੂੰ ਇਹ ਸੀ ਕਿ ਅਸੀਂ ਜੇ ਵਿਰੋਧ ਵੀ ਕਰਾਂਗੇ ਤਾਂ ਵੀ ਇਹ ਬਿੱਲ ਪਾਸ ਹੋ ਜਾਣਗੇ ਅਤੇ ਅਸੀਂ ਰਾਜ ਸਭਾ ਦੇ ਵਿੱਚ ਇਹਨਾਂ ਬਿੱਲਾਂ ਨੂੰ ਰੋਕਣ ਦੇ ਲਈ ਯਤਨ ਕਰਾਂਗੇ। ਪਰ ਜਿਹੜਾ ਕੁਛ ਸਾਹਮਣੇ ਆਇਆ ਉਹਦੇ ਮੁਤਾਬਕ ਇਹ ਕਿ ਰੌਲਾ ਜ਼ਰੂਰ ਪਾਇਆ ਗਿਆ ਪਰ ਕਿਸੇ ਵਿਉਂਤਬੰਦੀ ਦੇ ਤਹਿਤ ਉਹਨਾਂ ਬਿੱਲਾਂ ਨੂੰ ਰੋਕਣ ਦੇ ਲਈ ਵਿਰੋਧੀ ਧਿਰਾਂ ਵੱਲੋਂ ਸੁਚੱਜੇ ਪ੍ਰਬੰਧ ਨਹੀਂ ਕੀਤੇ ਗਏ। ਹੁਣ ਉਹ ਬਿੱਲ ਰਾਸ਼ਟਰਪਤੀ ਜੀ ਕੋਲ ਪਹੁੰਚ ਗਏ ਲੋਕ ਸਭਾ ਤੋਂ ਪਾਸ ਹੋ ਕੇ ਰਾਜ ਸਭਾ ਤੋਂ ਪਾਸ ਹੋ ਕੇ ਹੁਣ ਰਾਸ਼ਟਰਪਤੀ ਜੀ ਜਦੋਂ ਉਹਨਾਂ ਦੇ ਉੱਤੇ ਦਸਤਖਤ ਕਰ ਦਿੰਦੇ ਆ ਤਾਂ ਉਹ ਕਾਨੂੰਨ ਬਣ ਕੇ ਦੇਸ਼ ਦੇ ਵਿੱਚ ਲਾਗੂ ਹੋ ਜਾਣਗੇ। ਤਾਂ ਹੁਣ ਪੰਜਾਬ ਦਾ ਕਿਸਾਨ ਅਤੇ ਹਰਿਆਣੇ ਦਾ ਕਿਸਾਨ ਉਹ ਇਸ ਗੱਲ ਦੇ ਉੱਤੇ ਇਤਰਾਜ਼ ਲੈ ਕੇ ਵਿਰੋਧ ਦੇ ਵਿੱਚ ਆਇਆ ਹੋਇਆ ਕਿ ਇਹ ਜਿਹੜੇ ਬਿੱਲ ਨੇ ਉਹਨਾਂ ਦੀ ਕਿਸਾਨਾਂ ਦੀ ਜਿਹੜੀ ਆਜ਼ਾਦੀ ਹੈ ਕਿਸਾਨਾਂ ਦੀ ਜਿਹੜੀ ਖੇਤੀਬਾੜੀ ਹੈ ਉਸ ਆਜ਼ਾਦੀ ਨੂੰ ਅਤੇ ਉਹਨਾਂ ਦੀ ਫਸਲ ਨੂੰ ਉਹਨਾਂ ਦੀ ਖੇਤੀਬਾੜੀ ਨੂੰ ਤਬਾਹ ਕਰਨ ਲਈ ਜਿਹੜੀਆਂ ਵੱਡੀਆਂ ਇੰਡਸਟਰੀਲਿਸਟ ਤਾਕਤਾਂ ਨੇ ਜਿਹੜੇ ਵੱਡੇ ਪੂੰਜੀਪਤੀ ਹੈ ਕਾਰਪੋਰੇਟ ਘਰਾਣੇ ਹੈ ਜਿਨ੍ਹਾਂ ਦੀ ਮਰਜ਼ੀ ਦੇ ਨਾਲ ਇਹਨਾਂ ਬਿੱਲਾਂ ਦੇ ਡਰਾਫਟ ਤਿਆਰ ਕੀਤੇ ਗਏ ਉਹਨਾਂ ਦਾ ਦੋਸ਼ ਹੈ ਇਹ ਵੀ ਉਹ ਜਿਹੜੀਆਂ ਧਿਰਾਂ ਨੇ ਉਹ ਸਾਨੂੰ ਜਿਹੜੀ ਸਾਡੀ ਮਾਲਕੀ ਹੈ ਜਾਂ ਫਸਲਾਂ ਦਾ ਜਿਹੜਾ MSP ਹੈ ਵੀ ਉਹਨੂੰ ਖਤਮ ਕੀਤਾ ਜਾਊਗਾ ਸਾਡੀ ਮਾਲਕੀ ਵੀ ਖਤਮ ਹੋ ਸਕਦੀ ਹੈ ਅਸੀਂ ਮਾਲਕ ਦੀ ਥਾਂ 'ਤੇ ਅਸੀਂ ਉਹਨਾਂ ਕਾਰਪੋਰੇਟ ਘਰਾਣਿਆਂ ਦੇ ਮੁਜ਼ਾਰੇ ਬਣ ਜਾਵਾਂਗੇ। ਕਿਵੇਂ ਬਣ ਜਾਵਾਂਗੇ? ਕਿਉਂਕਿ ਗੱਲ ਆਈ ਹੈ ਕਿ ਇੱਕ ਤਾਂ ਉਹਨਾਂ ਬਿੱਲਾਂ ਦੇ ਵਿੱਚ ਇਹ ਪ੍ਰਬੰਧ ਕੀਤਾ ਗਿਆ ਕਿ ਕਿਸੇ ਵੀ ਚੀਜ਼ ਨੂੰ ਸਟੋਰ ਕਰਨ ਦੇ ਲਈ ਕਿਸੇ ਲਾਇਸੈਂਸ ਦੀ ਲੋੜ ਨਹੀਂ ਹੋਣੀ ਕੋਈ ਵੀ ਬੰਦਾ ਜਿੰਨਾ ਮਰਜ਼ੀ ਕਿਸੇ ਵੀ ਚੀਜ਼ ਨੂੰ ਸਟੋਰ ਕਰ ਸਕਦਾ। ਇੱਕ ਉਹਦੇ 'ਚ ਇਹ ਪ੍ਰਬੰਧ ਕੀਤਾ ਗਿਆ ਉਹਨਾਂ ਬਿੱਲਾਂ ਦੇ ਵਿੱਚ ਕਿ ਜਿਹੜਾ MSP ਹੈ ਵੀ ਅਸੀਂ ਉਹਨੂੰ ਰੱਦ ਨਹੀਂ ਕੀਤਾ ਪਰ ਕਿਸਾਨ ਹੈ ਜਿਹੜਾ ਉਹ ਕਿਸੇ ਵੀ ਮੰਡੀ ਦੇ ਵਿੱਚ ਜਾ ਕੇ ਆਪਦੇ ਅਨਾਜ ਨੂੰ ਵੇਚ ਸਕਦਾ। ਤਾਂ ਹੁਣ ਇੱਥੇ ਗੱਲ ਇਹ ਆ ਜਾਂਦੀ ਹੈ ਕਿ ਸਾਡੇ ਦੇਸ਼ ਦੇ ਵਿੱਚ 80% ਕਿਸਾਨ ਹੈ ਜਿਹੜਾ ਉਹ 1.5-2-3 ਕਿੱਲਿਆਂ ਤੱਕ ਦਾ ਮਾਲਕ ਹੈ। ਤਾਂ ਹੁਣ ਜਿਹੜਾ 1.5-2-3 ਕਿੱਲਿਆਂ ਦਾ ਮਾਲਕ ਕਿਸਾਨ ਹੈ ਉਹ ਆਪਦੀ ਫਸਲ ਨੂੰ ਕਿੰਨੀ ਕੁ ਦੂਰ ਲਿਜਾ ਕੇ ਵੇਚ ਸਕਦਾ? ਇਸ ਗੱਲ ਦੇ ਉੱਤੇ ਵੀ ਆਪਾਂ ਨੂੰ ਸਪਸ਼ਟ ਨਜ਼ਰ ਆ ਰਿਹਾ ਕਿ ਕੋਈ ਪੂੰਜੀਪਤੀ ਬੰਦਾ ਹੀ ਉਸ ਸਾਰੀ ਫਸਲ ਨੂੰ ਉਹਨਾਂ ਕੋਲੋਂ ਖਰੀਦ ਕੇ ਕਿਸੇ ਹੋਰ ਥਾਂ 'ਤੇ ਲਿਜਾ ਕੇ ਉਸ ਨੂੰ ਵੇਚ ਸਕਦਾ। ਜਿਹੜਾ ਕਿਸਾਨ 1.5-2 ਕਿੱਲਿਆਂ ਵਾਲਾ ਉਹ ਆਪਦੀ ਫਸਲ ਨੂੰ ਕਿਤੇ ਦੂਰ ਦੁਰਾਡੇ ਲਿਜਾ ਕੇ ਵੇਚਣ ਦੀ ਸਮਰੱਥਾ ਹੀ ਨਹੀਂ ਰੱਖਦਾ। ਇਹ ਸਾਰਾ ਕੁਛ ਜਿਹੜਾ ਉਹ ਕਿਸਾਨਾਂ ਦੇ ਸ਼ੰਕੇ ਆ ਜਿਹੜੇ ਉਹ ਹੈਗੇ ਆ। ਤਾਂ ਹੁਣ ਇੱਥੇ ਬਣਦਾ ਕੀ ਸੀ? ਬਣਦਾ ਇਹ ਸੀ ਕਿ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਧਿਰਾਂ, ਰਾਜ ਕਰਦੀ ਕਾਂਗਰਸ ਪਾਰਟੀ, ਲੰਮੇ ਸਮੇਂ ਤੋਂ ਰਾਜ ਕਰਕੇ ਸੱਤਾ ਤੋਂ ਬਾਹਰ ਹੋਈ ਅਕਾਲੀ ਦਲ, ਜਾਂ ਨਵੀਂ ਰਾਜ ਕਰਨ ਦੀ ਇੱਛਾ ਰੱਖਣ ਵਾਲੀ ਪਾਰਟੀ ਆਮ ਆਦਮੀ ਪਾਰਟੀ, ਇਹਦੇ ਨਾਲ ਨਾਲ ਭਾਰਤੀ ਜਨਤਾ ਪਾਰਟੀ, ਜਾਂ ਜਿਹੜੇ ਕਈ ਹੋਰ
नामवर लीडर जिन्होंने आप कह सकते हैं, जिमें कि सुखदेव सिंह ढींडसा होरी, रणजीत सिंह ब्रह्मपुरा जी, सिमरनजीत सिंह मान होरी, जां सुखपाल सिंह खहरा होरी हो गए, नवजोत सिंह सिद्धू वर्गे भी हो गए, जां बैंस भरा लुधियाने वाले, भी वो सारिया धिरां नूं कट्ठे हो के केंद्र सरकार के खिलाफ किसानों के हितों के लिए लड़ाई लड़न का कोई सांझा यतन जिन्हों आप कह दिए वो करना चाहिए सी, पर वो कितने भी नज़र नहीं आ रहा। किसान संघर्ष कर रहा, वो आपके परिवारों के नाल संघर्ष के उत्ते आया होया, धरने मुजहरे कर रहा। अज का 25 तरीक की जो आप गल करिए उन्होंने सफल बंद जिन्हों आप कह सकते हैं वो किया, पर लगता यही है भावें कि गल बहुत सारे साथियों ये पसंद ना आए, पर मेरे वर्गे बंद लगता कि किसानों का जोड़ा ये संघर्ष है वो राजनीतिक धिर 2022 के आपकी राजनीति कर एक प्लेटफॉर्म बनता जा रहा है। राज करती कांग्रेस पार्टी आपके तरीके 2022 इस किसान संघर्ष का लाहा लैण के लिए योजनावां तैयार कर रही है। सत्ता तो बाहर होया अकाली दल, वो आपकी व्यवतबंदी के लग्या होया कि 2022 असी इस किसान संघर्ष के फायदा किवें लै सकते हैं। आम आदमी पार्टी जिहड़ी कि कहिंदी है कि असी लोगों के लिए काम करने की गल करते हैं, वह भी इसे व्यवतबंदी लगे हुए है। इक्का दुक्का लीडर जिहड़ां दा आपां पहलां नां लिया वह भी सारे इसे गल ते आ के खड़े है कि आने वाले समय के 2022 के जो विधानसभा दीआं पंजाब दीआं चोणां होणियां ने तो उदों जिहड़ी मुख्यमंत्री की कुर्सी है जां जिहड़ा सरकार बनाउण दा दा है भी उह किहदा किवें लग सकदा, वह सारिआं दी निगाह उस गल ते खड़ी है। खब्बे पक्षी धिरां जिहड़ियां कि पूरे देश दे विच मजदूर ते किसान दी गल करदियां ने, उहनां दी राजनीति इसे गल ते उत्ते खड़ी है। उहनां मन्नियों भी पूरे देश दे विच जे आपां कहीए नैटवर्क के तौर पर खब्बे पक्षी धिरां कोल इन्ना क नैटवर्क अज भी हैगा कि वह पूरे देश दे विच एक सांझा संघर्ष वड्डे पद्धर दा केंद्र दी सरकार दे खिलाफ़ खड़ा कर सकदियां सी, पर वह कितें भी नज़र नहीं आया। पंजाब दे विच भी खब्बे पक्षी धिरां कोल भावें कि जिहड़ियां साडियां पंजाब दीआं किसान यूनियनां ने वह बहुतियां खब्बे पक्षी धिरां दे नाल जुड़ियां होईआं ने, पर खब्बे पक्षी धिरां दी जिहड़ी राजनीति करन वाले लोग है वह कितें बहुता मेन रोल दे विच नज़र नहीं आ रहे। तो हुण उस तो बाद फिर गल ये आ जाती है कि पंजाब दे लोक जां पंजाब दे जिहड़े बाहरले देशों च बैठे साडे NRI साथी है वह भी सारे सोचते हैं कि अकाली दल दे विच आ कमियां ने जां कांग्रेस पार्टी दे विच आ कमियां ने तो इत्थे कोई तीजा बदल आना चाहिए कहिंदे आ वो सारे, पर जिहड़े तीजे बदल नूं लिआउण दी गल करन वाले आगूआं दी आपां जदों गल करदे आ तो सारे ही इसे गल ते खड़े आ कि भी मुख्यमंत्री बणा तो फिर मैं ही बणा, जे नवा परिवर्तन कोई होवे तो फिर मेरे तो बिना तो फिर मुख्यमंत्री वधिया कोई होर बन ही नहीं सकता। तो जो गल ही मुख्यमंत्री बनते खड़ी है तो फिर आप किसी वड्डे परिवर्तन की आस उन्हां लोगों तो किवें कर सकते हैं। राजनीतिक तौर पर जिहड़े लोग आपदे फायदे लिए किसानों के संघर्ष तो लाहा लैना चाहते हैं वह सारिया गलों के उत्ते पंजाब के जिहड़े सियाने बंदे है बुद्धिजीवी जिहड़े कहाउण वाले लोग है जां जिहड़े दूर बैठ के राजनीति नूं देखण वाले लोग आ उन्हां नूं सारिआं नूं इन्हां सारिआं गल्लां दे उत्ते विचार करना चाहीदा। जिहड़ी आपां गल करिए कि किसानां दे संघर्ष तों हासिल की होऊगा तां इत्थे एक छोटी जी उदाहरण मैं तुहाडे नाल सांझी करनी चाहुंदा कि जदों कांग्रेस की अगवाई दे विच सेंटर दे विच सरकार सी UPA दी सरदार मनमोहन सिंह जी प्रधानमंत्री सीगे उदों अमरीका दे नाल एक एटमी समझौता होना सी, केंद्र की सरकार जिहदे कोले कांग्रेस पार्टी कोले कोई बहुमत नहीं सी उस वेले, पर उन्होंने तय कर लिया कि असी अमरीका दे नाल उस एटमी समझौते नूं करना है। तो उन्होंने सरकार टुटण की भी फिक्र नहीं की क्योंकि खब्बे पक्षी धिरां जिहड़ियां कि उस वेले वड्डी गिणती दे विच उन्हां दे मैंबर सी लोक सभा दे विच उन्होंने कहता सी कि जे एटमी समझौता होगा तो असी आपका समर्थन वापस लै लांगे। तो मनमोहन सिंह जी होरां ने इहदी अड़ी ते जिद कीती सी कि असी समझौता करांगे सरकार भावें टुट जाए। तो जेकर उस वेले कांग्रेस की सरकार इस तरह की जिद ते अड़ी कर सकती है बई उस एटमी समझौते नाल अज तक कदे भी किसी भी धिर ने साडे देश दे लोकां नूं इह नहीं दस्या कि उस एटमी समझौते नाल साडे देश नूं की फायदा होया जां साडे देश दे लोकां नूं की फायदा होया। तो उन्होंने उस वेले आपदी सरकार टुटण दा भी खतरा मुल लिया। तो अज तां भारतीय जनता पार्टी कोले केंद्र दे विच पूरा बहुमत है तो वो जिहड़ा बिल वह किसानां दे नाल संबंधित 3 बिल जिहड़े वो पार्लीमेंट दे विच लैके आए सी वो पास उन्होंने राज्यसभा तो भी पास करा ले लोक सभा च भी पास हो गए तो हुण राष्ट्रपति जी कोले पए आ तो वो जल्दी कानून बनन वाले पासे नूं चले जाणगे।
ਤਾਂ ਫਿਰ ਘੱਟੋ ਘੱਟ ਮੈਂ ਅੱਜ ਦੀ ਗੱਲ ਦੇ ਵਿੱਚ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਦਾ ਕਿ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਕਿਸਾਨਾਂ ਦੇ ਸੰਘਰਸ਼ ਨਾਲ ਜਾਂ ਹਰਿਆਣੇ ਦੇ ਕਿਸਾਨਾਂ ਦੇ ਸੰਘਰਸ਼ ਨਾਲ ਜਾਂ ਦੇਸ਼ ਪੱਧਰੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਕਿ ਕਿਸਾਨ ਜਿਹੜੇ ਆ ਉਹ ਇਸ ਇਹਨਾਂ ਬਿੱਲਾਂ ਦੇ ਉੱਤੇ ਸ਼ੰਕੇ ਪ੍ਰਗਟ ਕਰ ਰਹੇ ਆ, ਤਾਂ ਵੀ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਥਿੰਕ ਟੈਂਕ ਨੇ ਜਾਂ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਵੀ ਉਹ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਵਿਚਾਰ ਕਰਨ ਲਈ ਤਿਆਰ ਹੋਊਗੀ? ਬਿਲਕੁਲ ਤਿਆਰ ਨਹੀਂ ਹੋਣੀ। ਸਾਡੇ ਕਿਸਾਨ ਸੰਘਰਸ਼ ਕਰ ਰਹੇ ਆ, ਉਹ ਧੰਨਵਾਦ ਦੇ ਪਾਤਰ ਹੈ, ਪਰ ਸਾਡੇ ਕਿਸਾਨਾਂ ਨੂੰ ਅਤੇ ਸਾਡੇ ਜਿਹੜੇ ਰਣਨੀਤਿਕ ਘਾੜੇ ਹੈ, ਚਾਹੇ ਉਹ ਕਿਸੇ ਵੀ ਰਾਜਨੀਤਿਕ ਪਾਰਟੀ 'ਚ ਬੈਠੇ ਜਾਂ ਸਮਾਜਿਕ ਸੰਗਠਨਾਂ 'ਚ ਬੈਠੇ ਆ, ਉਹਨਾਂ ਨੂੰ ਇਸ ਗੱਲ ਦੇ ਉੱਤੇ ਗੌਰ ਕਰਨੀ ਚਾਹੀਦੀ ਹੈ ਕਿ ਜੇਕਰ ਕੇਂਦਰ ਦੀ ਸਰਕਾਰ ਕਿਸਾਨਾਂ ਦੇ ਇਹ ਬਿੱਲ ਜਿਹੜੇ ਆ ਲਾਗੂ ਕਰਨ ਦੇ ਲਈ ਉਹਨਾਂ 'ਚ ਕੋਈ ਸੋਧ ਕਰਨ ਦੇ ਲਈ ਤਿਆਰ ਨਹੀਂ ਹੁੰਦੀ, ਤਾਂ ਫਿਰ ਸਾਡੇ ਕੋਲ ਅਗਲੀ ਰਣਨੀਤੀ ਕੀ ਹੈ? ਅਗਲੀ ਰਣਨੀਤੀ ਦੇ ਲਈ ਡੂੰਘੇ ਵਿਚਾਰ ਵਟਾਂਦਰੇ ਦੀ ਲੋੜ ਹੈ। ਉਹਦੇ 'ਚ ਇਹ ਜੇ ਅਸੀਂ ਹੁਣ ਬਹੁਤ ਸਾਰੀ ਚਰਚਾ ਇਹ ਚੱਲ ਰਹੀ ਹੈ ਕਿ ਸਾਨੂੰ ਬਦਲਵੀਂ ਖੇਤੀ ਦੀ ਗੱਲ ਕਰਨੀ ਚਾਹੀਦੀ ਹੈ, ਤਾਂ ਬਦਲਵੀਂ ਖੇਤੀ ਪੰਜਾਬ ਦੇ ਵਿੱਚ ਬਹੁਤ ਸਾਰੇ ਕਿਸਾਨ ਕਰ ਰਹੇ ਆ, ਪਰ ਹੁੰਦਾ ਕੀ ਹੈ? ਮੋਗੇ ਦੇ ਨੇੜਲੇ ਪਿੰਡਾਂ ਦੇ ਵਿੱਚ ਮੂੰਗੀ ਬੀਜੀ ਉੱਥੋਂ ਦੇ ਕਿਸਾਨਾਂ ਨੇ, ਪਰ ਜਦੋਂ ਉਹ ਮੂੰਗੀ ਨੂੰ ਲੈ ਕੇ ਮੰਡੀ ਦੇ ਵਿੱਚ ਗਏ ਤਾਂ ਉੱਥੇ ਜਿਹੜਾ ਸਰਕਾਰੀ ਰੇਟ ਸੀ, ਜੇ ਉਹ 60 ਰੁਪਈਏ ਜਾਂ 55 ਰੁਪਈਏ ਸੀ ਜਾਂ 45 ਰੁਪਈਏ ਸੀ, ਤਾਂ ਉਸ ਤੋਂ ਅੱਧੇ ਰੇਟ ਦੇ ਉੱਤੇ ਉੱਥੋਂ ਦਾ ਵਪਾਰੀ ਉਸ ਮੂੰਗੀ ਨੂੰ ਖਰੀਦਣ ਵਾਸਤੇ ਗੱਲ ਕਰ ਰਿਹਾ ਸੀ ਕਿ ਮੈਂ ਤਾਂ ਇਸ ਰੇਟ 'ਤੇ ਹੀ ਲੈ ਸਕਦਾ। ਮਾਰਕੀਟਿੰਗ ਦਾ ਕੋਈ ਪ੍ਰਬੰਧ ਨਹੀਂ ਸੀ, ਸਰਕਾਰ ਖਰੀਦਣ ਲਈ ਤਿਆਰ ਨਹੀਂ, ਵਪਾਰੀ ਆਪਦੇ ਮਰਜ਼ੀ ਦੇ ਰੇਟ ਦੇ ਉੱਤੇ ਖਰੀਦਣ ਲਈ ਤਿਆਰ ਹੁੰਦਾ, ਤਾਂ ਫਿਰ ਕਿਸਾਨ ਕੀ ਕਰੇ? ਅੱਜ ਆਪਾਂ ਮੱਕੀ ਦੀ ਗੱਲ ਕਰ ਲੈਂਦੇ ਹਾਂ। ਮੱਕੀ ਦਾ ਜਿਹੜਾ ਸਰਕਾਰੀ ਰੇਟ ਹੈ ਉਹ 1800 ਰੁਪਏ ਤੋਂ ਉੱਤੇ ਹੈ, ਪਰ ਮੱਕੀ ਵਪਾਰੀ ਜਿਹੜਾ ਉਹ 1200-1300 ਰੁਪਏ ਤੋਂ ਬਾਅਦ ਦੇਣ ਲਈ ਤਿਆਰ ਨਹੀਂ ਹੈਗਾ, ਸਰਕਾਰ ਖਰੀਦ ਨਹੀਂ ਰਹੀ। ਆਲੂ ਦੀ ਆਪਾਂ ਗੱਲ ਕਰ ਲੈਂਦੇ ਹਾਂ, ਪੰਜਾਬ ਦਾ ਕਿਸਾਨ ਆਲੂ ਵੱਡੀ ਗਿਣਤੀ ਦੇ ਵਿੱਚ ਪੈਦਾ ਕਰਦਾ, ਪਰ 4-5 ਸਾਲਾਂ 'ਚ ਇੱਕ ਵਾਰੀ ਹਾਲਾਤ ਇਹ ਬਣ ਜਾਂਦੇ ਆ ਕਿ ਆਲੂ ਲੈ ਕੇ ਕਿਸਾਨ ਸੜਕਾਂ ਦੇ ਉੱਤੇ ਆ ਜਾਂਦਾ, ਟਰਾਲੀਆਂ ਭਰ ਕੇ ਉਹ ਸੜਕਾਂ ਦੇ ਉੱਤੇ ਢੇਰ ਲਾਉਣ ਵਾਲੇ ਪਾਸੇ ਨੂੰ ਤੁਰ ਪੈਂਦਾ, ਤਾਂ ਫਿਰ ਅਸੀਂ ਬਦਲਵੀਂ ਖੇਤੀ ਦੀ ਗੱਲ ਕਿਵੇਂ ਕਰ ਸਕਦੇ ਹਾਂ? ਬਦਲਵੀਂ ਖੇਤੀ ਕਰਨ ਲਈ ਕਿਸਾਨ ਤਾਂ ਤਿਆਰ ਹੈ, ਪਰ ਸਾਡੇ ਰਾਜ ਦੀ ਸਰਕਾਰ ਜਾਂ ਕੇਂਦਰ ਦੀ ਸਰਕਾਰ ਤੋਂ ਤਾਂ ਅਸੀਂ ਆਸ ਰੱਖ ਹੀ ਨਹੀਂ ਸਕਦੇ, ਕਿਉਂਕਿ ਉਹਨਾਂ ਨੇ ਤਾਂ ਬਿੱਲ ਆਪਦੇ ਕਾਰਪੋਰੇਟ ਘਰਾਣਿਆਂ ਦੀ ਬਿਹਤਰੀ ਲਈ ਜਾਂ ਉਹਨਾਂ ਦੇ ਫਾਇਦੇ ਲਈ ਉਹ ਇਸ ਤਰ੍ਹਾਂ ਦੇ ਬਿੱਲ ਲਿਆਉਂਦੇ ਆ ਕਿ ਕੰਟੈਕਟ ਫਾਰਮਿੰਗ ਵਾਲਾ ਸਿਸਟਮ ਪੂਰੇ ਦੇਸ਼ ਦੇ ਵਿੱਚ ਲਾਗੂ ਹੋਵੇ, ਅਤੇ ਉਸ ਦੇ ਤਹਿਤ ਕਿਸਾਨ ਆ ਜਿਹੜਾ ਉਹ ਮੁਜ਼ਾਹਰਾ ਬਣ ਕੇ ਉਹਨਾਂ ਵੱਡੀਆਂ ਕੰਪਨੀਆਂ ਦੇ ਲਈ ਕੰਮ ਕਰੇ,